जो बंदगी वाले थे, उन्होंने हमारे तारने के लिए, तरने के लिए नानक दरबार बनाया कि हमारे जैसे बड़े बड़े पापी आएंगे, गुनाहगार आएंगे, ते गुरु नानक दरबार की सेवा करेंगे तो तर जाएंगे। कोई संत नहीं, कोई तप करके नहीं आए, पाप करके आए तो गुरु ने तरस किया है कि पापी ने बहुत बड़ा दुख पाएंगे, जन्म जन्म में दुख पाएंगे, इनको तारना है। दया ही महापुरुष की, गुरु की सब पर दया करते हैं। जेड़े पूर्ण महापुरुष होंगे, बंदगी वाले सी, संत बाबा थारिया सिंह जी, माता राधा बाई जी, उन्हां की बंदगी सी बड़ी, नाम जपने वाले सी, सानू तां तारन वास्ते अपने आप का पता है। हमारे हम सभी अपने उगना को जानने वाले, मन जानत सब बात कि मैं कितने को पाप करे नहीं, किधर करे है? गुरु घर में, गुरु के दरबार में कितना मैं गुनाहगार हूं, कितना पापी हूं। जिस जगह पर पाप बख्शे जाते हैं, मैं तो उस जगह पर पाप करता हूं। गुड़ी तेरी नू लोच दी, मिले तेरे दर दर, सार न जानी दादिया, मैं तेरे कर दी, तेरे दर पर बैठ के रही गुनाह कर दी, पाप कर दी, और दोष देवा मैं किसनू कीता अपना पर दी, सार न जानी दादिया, मैं तेरे दर दी, तेरे दर ते बैठ के रही पाप कर दी। कितने को पापी, कितने को साड़ी बंदगी है, कितने को महापुरुष। गुरु बख्श ले, कहते जे बख्श ले ता मैं छुट्टी, पापा दी परी होई, जे साईया तू बख्श लेगा तो मेरा छुटकारा ही। जैसे वो मेंढक डड्डू दी खाक भी डड्डू बन बन के निकल गई जब बरसात पड़ी, रुत आई, जब पाप की रुत आएगी हमारा पापी मन पापी बन के निकल जाएगा, रुकेगा नहीं, पाप करने तो डरेगा नहीं, गुरु तो देखेगा नहीं, ये गुरु खा रहे हैं। गुनाहगारा नू गुरु ने तारना है, कीर्तकारा नू, पापिया नू, निंदक दुष्ट हराम खोर, साकत निंदक दुष्ट खिन माई बेदारी अन्य। कल तारन गुरु नानक आया है गुरपुरब, जसी तर जावांगे हॉस्पिटल में, जो ज्यादा मरीज होंदा है, बीमारी होंदी उसका ज्यादा इलाज होंदा है, जो छोटा मरीज है उसके छोटे हॉस्पिटल की लोड़ है, थोड़े वाले को थोड़ी दवाई दी लोड़ है, बड़े वाले हॉस्पिटल में जिहड़े ने वो दाखल होंदे है बड़े मरीज। असी घर बार छोड़ के गुरु के चरणों में गुरु ने हाजिर किया है, इसलिए असी बड़े मरीज हैं, बड़े पापी हैं। जे हमारे को कोई सेवा लाइए, हमारे पापा पर तरस करके लगाइए कि सेवा कर करके ये अपने पाप को बख्शा ले, अपने गुनाह को बख्शा ले।
ਉਹਦੇ ਨਾਮ ਦੀ ਉਸਨੇ ਆਪਣੇ ਨਾਮ ਦੀ ਲਾਜ ਰੱਖਣੀ ਮੈਂ ਕੋਈ ਹੈ ਨਹੀਂ ਮੈਂ ਕੌਣ ਹਾਂ ਮੈਂ ਤਾਂ ਕੁਝ ਵੀ ਨਹੀਂ ਆਖੋ ਵਾਹਿਗੁਰੂ ਸਦਨਾ ਪਾਪੀ ਨਾ ਭਗਤੀ ਮੇ ਲੱਗ ਗਿਆ ਨਾਮ ਜਪਣੇ ਲੱਗ ਗਿਆ ਪਾਪ ਛੋੜ ਕੇ ਜਾਂ ਮੁਸ਼ਕਲ ਬਣੀ ਤੇ ਭਗਵਾਨ ਆ ਕੇ ਪਰਮਾਤਮਾ ਕੋ ਤਾਨੇ ਮੇਨੇ ਮਾਰਨੇ ਲਗਾ ਬੜੇ ਬੜੇ ਮੇਨੇ ਮਾਰੇ ਸ਼ਬਦ ਸੁਣੋ ਪੂਰਾ ਜ਼ੋਰ ਲਗਾ ਗਿਆ ਕਹਿਣ ਲੱਗਾ ਇੱਕ ਕੰਨਿਆ ਕੇ ਪਿੱਛੇ ਭੇਗ ਥਾਰੀ ਸੀ ਤੂੰ ਉਸਕੀ ਪੈ ਰੱਖੀ ਸੀ ਕਾਮਾ ਰੱਥੀ ਸੀ ਮੇਰੀ ਕਿਉਂ ਨਹੀਂ ਰੱਖਦਾ ਇੱਕ ਬੂੰਦ ਜਲ ਕਾਰਨੇ ਚਾਤਰਕ ਇੱਕ ਬੂੰਦ ਪਿੱਛੇ ਚਾਤਰਕ ਮਰ ਜਾਵੇ ਫਿਰ ਉਸਕੋ ਸਾਗਰ ਦੇ ਦਿਓ ਕਿਆ ਕਾਮ ਹੈ ਉਸਕਾ ਬੂੜ ਮੋਏ ਨੌਕਾ ਮਿਲੇ ਪਰ ਕਾਮ ਨਾ ਆਵੇ ਪ੍ਰਾਣ ਜੋ ਥਾਕੇ ਤੇਰ ਨਹੀਂ ਕੈਸੇ ਬ੍ਰਹਮਾ ਨਿਰਭ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ ਇੱਕ ਭੇਖ ਧਾਰੀ ਕੀ ਲਾਜ ਰੱਖੀ ਉਹ ਭਗਵਾਨ ਵਿਸ਼ਨੂੰ ਕਾ ਸਰੂਪ ਧਾਰ ਕੇ ਗਰੜ ਬਣਾ ਕੇ ਲੱਕੜੀ ਕਾ ਰਾਜੇ ਕੀ ਕੰਨਿਆ ਕੇ ਪਾਸ ਜਾਣੇ ਲੱਗਾ ਕਿ ਮੈਂ ਵਿਸ਼ਨੂੰ ਵਿਸ਼ਨੂੰ ਹੈ ਨਹੀਂ ਸੀ ਪਰ ਜਦ ਪ੍ਰੀਖਿਆ ਹੋਈ ਕਿ ਮੇਰਾ ਭਗਵਾਨ ਵਿਸ਼ਨੂੰ ਰਾਜੇ ਨੇ ਕਿਹਾ ਮੇਰਾ ਜਵਾਈ ਬਣ ਗਿਆ ਮੈਂ ਸਭ ਨਾਲ ਯੁੱਧ ਕਰਕੇ ਜੰਗ ਜਿੱਤ ਲੂੰ ਵਿਸ਼ਨੂੰ ਕੋ ਬੋਲੋ ਕੰਨਿਆ ਕੋ ਬੋਲਿਆ ਉਹ ਨਕਲੀ ਵਿਸ਼ਨੂੰ ਸੀ ਉਹਨੇ ਫਿਰ ਕਿਹਾ ਮੈਂ ਤਾਂ ਸੜ ਕੇ ਮਰ ਜਾਊਂਗਾ ਭਗਵਾਨ ਮੇਰੀ ਲਾਜ ਰੱਖ ਮੈਂ ਨਹੀਂ ਕਰ ਸਕਦਾ ਐਸੇ ਕੰਮ ਮੈਂ ਤਾਂ ਇੱਕ ਪਾਪੀ ਨੇ ਰੂਪ ਧਾਰਿਆ ਵਿਸ਼ਨੂੰ ਉਸ ਸਮੇਂ ਭਗਵਾਨ ਵਿਸ਼ਨੂੰ ਨੇ ਭੇਖ ਧਾਰੀ ਕੀ ਲਾਜ ਰੱਖੀ ਕਾਮਾ ਰਥੀ ਸਵਾਰ ਥੀ ਵਾਕੀ ਪੈਜ ਸਵਾਰੀ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾਨਾ ਸਹਿ ਭਗਵਾਨ ਜੇ ਮਾੜੇ ਕਰਮਾਂ ਦਾ ਨਾਸ ਨਹੀਂ ਹੋਣਾ ਤੇਰੇ ਦਰ ਦੀ ਸੇਵਾ ਦਾ ਕਿਆ ਫਾਇਦਾ ਹੈ ਇਸ ਦਾ ਕਿਆ ਮਤਲਬ ਹੈ ਕਿ ਜੇ ਮਾੜੇ ਕਰਮ ਹੀ ਨਹੀਂ ਨਾਸ ਹੋਣੇ ਉਹਨਾਂ ਕਿਹਾ ਵੀ ਤੇਰੇ ਕਰਮ ਹੈ ਤੂੰ ਕਰਮਾਂ ਦੀ ਸਜ਼ਾ ਭੋਗ ਰਿਹਾ ਸਦਨਾ ਕਹਿਣ ਲੱਗਾ ਜੇ ਕਰਮਾਂ ਦੀ ਸਜ਼ਾ ਭੋਗਣੀ ਤੇਰੇ ਕੋਲ ਆਣ ਕੇ ਤੇ ਫਿਰ ਤੇਰਾ ਪੈਦਾ ਕੀ ਹੈ ਸਿੰਘ ਸਰਨ ਕਤ ਜਾਈਏ ਜੋ ਜੰਬੁਕ ਗ੍ਰਾਸੇ ਜੇ ਗਿੱਦੜੋਂ ਕਾ ਹੀ ਡਰ ਰਹਿਣਾ ਹੈ ਤੇ ਫਿਰ ਸ਼ੇਰ ਕੀ ਸ਼ਰਨ ਲੈਣੇ ਕਾ ਮਤਲਬ ਕਿਆ ਹੈ ਪੜੀ ਜਾ ਇੱਕ ਬੂੰਦ ਜਲ ਕਾਰਨੇ ਵਾਰੀ ਵਾਰੀ ਬੋਲਿਆ ਕੋਈ ਖਾਰ ਚਾਤਿਕ ਇੱਕ ਬੂੰਦ ਕੇ ਪਿੱਛੇ ਚਾਤਕ ਮਰ ਜਾਵੇ ਦੋ ਪੰਗੇ ਇਕੱਠੇ ਬੋਲੇ ਪ੍ਰਾਣ ਗਏ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨ ਆਵੇ ਮਰ ਜਾਵਾਂਗੇ ਭਾਵੇਂ ਸਾਗਰ ਚ ਲਗੇ ਫਿਰ ਇਹ ਫਾਇਦਾ ਕੀ ਪ੍ਰਾਣ ਜੋ ਥਾ ਕੈ ਥਿਰ ਨਹੀਂ ਕੈਸੇ ਫਿਰ ਮਾਵੋ ਬੂਡ ਮੂਏ ਨੌਕਾ ਮਿਲੇ ਕਉ ਕਾਹੇ ਛਡਾਵੋ ਹੁਣ ਮਰਦਾ ਪਿਆ ਫਿਰ ਬੇੜੀ ਲੈ ਕੇ ਆ ਜੀ ਮਰੇ ਨੂੰ ਕੱਢ ਲੈ ਮੈਂ ਤਾਂ ਮਰ ਰਿਹਾ ਹੂੰ ਮਰੇ ਕੇ ਬਾਅਦ ਬੇੜੀ ਕਾ ਕਿਆ ਮਤਲਬ ਹੈ ਮੈਂ ਨਾਹੀ ਕਛ ਹੋ ਨਹੀਂ ਕਿਛ ਆਏ ਨਾ ਮੋਰਾ ਸਾਰੇ ਤੇਨੇ ਤਾਨੇ ਮੇਨੇ ਮਾਰੇ ਤੋ ਇੱਕ ਬੜੀ ਦੀਵਾਰ ਖੜੀ ਹੋ ਗਈ ਜਾ ਜਿੱਧਰ ਮਰਜ਼ੀ ਲੱਗਿਆ ਫਿਰ ਭਗਵਾਨ ਤੋਂ ਬੇਪਰਵਾਹ ਹੈ